ਨਨਕਾਣੇ ਵੱਲ ਨੂੰ ਜਾਂਦਿਆ ਰਾਹੀਆ, ਮੇਰੀ ਇੱਕ ਗੱਲ ਸੁਣਦਾ ਜਾਵੀਂ। ਮੈਂ ਨਿਮਾਣਾ ਅਤੇ ਨਿਤਾਣਾ, ਮੇਰੀ ਉੱਥੇ ਗੱਲ ਪੁਚਾਵੀਂ। ਜਿਉਂਦਿਆਂ ਜੀ ਜੇ ਆਨਾ ਹੋਇਆ, ਮਰ ਕੇ ਰੂਹ ਬਣ ਆਵਾਂਗਾ ਫਿਰ ਤੇਰੇ ਦਰਬਾਰ ਦੇ ਬਾਬਾ, ਰੱਜ ਕੇ ਦਰਸ਼ਨ ਪਾਵਾਂਗਾ। ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ। ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ। ਵੰਡਿਆ ਪੰਜਾਬ ਵੰਡੇ ਪਾਣੀਆਂ ਦੇ ਮੋ, ਉਹਨਾਂ ਸਮੇਂ ਦਿਆਂ ਹਾਕਮਾਂ ਨੂੰ ਕਿੱਥੋਂ ਮਿਲੂ ਢੋ, ਕਾਦਾ ਵੰਡਿਆ ਪੰਜਾਬ ਵੰਡੇ ਪਾਣੀਆਂ ਦੇ ਮੋ, ਉਹਨਾਂ ਸਮੇਂ ਦਿਆਂ ਹਾਕਮਾਂ ਨੂੰ ਕਿੱਥੋਂ ਮਿਲੂ ਢੋ, ਬਹਾਦੂਰੀਆਂ ਦੇ ਲੱਚ ਦੂਰ ਭੱਜ ਗਏ, ਬਹਾਦੂਰੀਆਂ ਦੇ ਲੱਚ ਦੂਰ ਭੱਜ ਗਏ ਜੀ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ। ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ। ਜਦੋਂ ਵੀ ਤੁਰ ਅੰਦਰੋਂ ਕਰਨਾ ਦੀਦਾਰ ਲੋਚਦੀ, ਉਹਦੇ ਦਰ ਦਾ ਫਕੀਰ ਹੋ ਜਾਵਾ, ਜਿੰਦ ਮੇਰੀ ਇਹੋ ਲੋਚਦੀ, ਸਾਥੋਂ ਉੱਡਦੇ ਪੰਛੀ ਨੇ ਹੈਗੇ ਚੰਗੇ, ਸਾਥੋਂ ਉੱਡਦੇ ਪੰਛੀ ਨੇ ਹੈਗੇ ਚੰਗੇ, ਦੀਦਾਰ ਪਾਉਂਦੇ ਰੱਜ ਰੱਜ ਕੇ। ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ। ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ। ਦੁਆਲੇ ਵਿੱਚ ਜਾਵਾਂ ਮੈਂ ਕਾਂ ਵਾਲੀ ਸੱਪ ਬਣ ਕੇ, ਰਹਿਣ ਲੰਘਦੀਆਂ ਸੰਗਤਾਂ ਪਿਆਰੀਆਂ, ਦੇਖੀ ਜਾਵਾਂ ਜੀ ਭਰ ਕੇ, ਦੇਖੀ ਜਾਵਾਂ ਜੀ ਭਰ ਕੇ। ਧੂੜ
ਬਣਾ ਤੇਰੇ ਕਦਮਾਂ ਦੀ ਸ਼ਹਿਨਸ਼ਾਹ, ਧੂੜ ਬਣਾ ਤੇਰੇ ਕਦਮਾਂ ਦੀ ਸ਼ਹਿਨਸ਼ਾਹ। ਔਦ ਮੇਰੀ ਇੰਜ ਲੰਘ ਜੇ ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ, ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ। ਵਸਦਾ ਪੰਜਾਬ ਦੇਸ਼ ਮੇਰਾ ਤੇਰੇ ਦਰੋਂ ਦੂਰ ਹੋ ਗਿਆ, ਤੇਰੇ ਦਰੋਂ ਦੂਰ ਹੋ ਗਿਆ। ਜਾ ਆਉਣ ਦਾ ਜਦੋਂ ਵੀ ਕਦੇ ਉੱਠਿਆ ਪਲਾਂ ਚ ਕਚੂਰ ਹੋ ਗਿਆ, ਹੋ ਗਿਆ ਪਲਾਂ ਚ ਕਚੂਰ ਹੋ ਗਿਆ। ਹੈ ਚਿਰ ਤੋਂ ਤਮੰਨਾ ਚੱਲੇ ਦੀਪ ਦੀ, ਹੈ ਚਿਰ ਤੋਂ ਤਮੰਨਾ ਚੱਲੇ ਦੀਪ ਦੀ, ਵੰਡ ਵਾਲੀ ਕੰਧ ਡਿੱਗਦੇ ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ, ਹੱਦਾਂ ਉੱਤੇ ਪੈਰੇ ਲੱਗ ਗਏ। ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ। ਪੰਜਾਬ ਵੰਡੇ ਪਾਣੀਆਂ ਦੇ ਮੋ, ਉਹਨਾਂ ਸਮਝਦਿਆਂ ਹਾਕਮਾਂ ਨੂੰ ਕਿੱਥੋਂ ਮਿਲੂ ਟੋ, ਕਾਦਾ ਵੰਡਿਆ ਪੰਜਾਬ ਵੰਡੇ ਪਾਣੀਆਂ ਦੇ ਮੋ, ਉਹਨਾਂ ਸਮਝਦਿਆਂ ਹਾਕਮਾਂ ਨੂੰ ਕਿੱਥੋਂ ਮਿਲੂ ਟੋ, ਪਾ ਦੂਰੀਆਂ ਦਿਲਾਂ ਚ ਦੂਰ ਭੱਜ ਗਏ, ਪਾ ਦੂਰੀਆਂ ਦਿਲਾਂ ਚ ਦੂਰ ਭੱਜ ਗਏ ਜੀ, ਹੱਦਾਂ ਉੱਤੇ ਪੈਰੇ ਲੱਗ ਗਏ ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ, ਹੱਦਾਂ ਉੱਤੇ ਪੈਰੇ ਲੱਗ ਗਏ। ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ, ਹੱਦਾਂ ਉੱਤੇ ਪੈਰੇ ਲੱਗ ਗਏ। ਤੇ ਗੁਰੂ ਪਿਆਰਿਓ, ਅੱਜ ਇੱਕ ਐਸੀ ਤੜਫ, ਐਸੀ ਮੰਗ, ਜਿਹੜਾ ਗੁਰੂ ਦਾ ਪਿਆਰਾ ਹੈ ਨਾ, ਗੁਰੂ ਦਾ ਸਿੱਖ ਹੈ, ਗੁਰੂ ਨਾਨਕ ਦਾ ਸੇਵਕ ਹੈ, ਉਹਦੇ ਮਨ ਦੀ ਇਹ ਮੰਗ ਹੈ, ਇਹ ਤੜਫ ਹੈ ਵੀ ਮੈਂ ਆਪਣੇ ਗੁਰੂ ਦੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਪਵਿੱਤਰ ਜਨਮ ਭੂਮੀ, ਜਨਮ ਅਸਥਾਨ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਜਾ ਕੇ ਦਰਸ਼ਨ ਕਰਾਂ। ਤੇ ਗੁਰੂ ਪਿਆਰਿਓ, ਪਰ ਐਸਾ ਸਮਾਂ ਬਣਿਆ ਕਿ ਜਿਹੜਾ ਦੇਸ਼ ਇੱਕ ਸੀ ਉਹ ਦੋ ਟੋਟੇ ਹੋ ਗਿਆ, ਤੇ ਇਸੇ ਕਰਕੇ ਅੱਜ ਹਰ ਇੱਕ ਸਿੱਖ ਅਰਦਾਸ ਦੇ ਵਿੱਚ ਆਖਦਾ ਕਿ ਹੇ ਸਤਿਗੁਰੂ, ਸ਼੍ਰੀ ਨਨਕਾਣਾ ਸਾਹਿਬ ਸਮੇਤ ਜਿਨ੍ਹਾਂ ਪਾਵਨ ਪਵਿੱਤਰ
ਗੁਰਦੁਆਰਿਆਂ ਗੁਰਧਾਮਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਨਾ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਖਾਲਸਾ ਪੰਥ ਨੂੰ ਬਖਸ਼ੋ। ਹਰ ਇੱਕ ਸਿੱਖ ਹਰ ਇੱਕ ਅਰਦਾਸ ਵਿੱਚ ਇਹ ਆਖਿਆ ਜਾਂਦਾ ਹੈ, ਬੇਨਤੀ ਕੀਤੀ ਜਾਂਦੀ ਹੈ। ਅਤੇ ਗੁਰੂ ਪਿਆਰਿਓ, ਉਹ ਗੁਰੂ ਦਾ ਪਿਆਰਾ ਕਹਿੰਦਾ ਕਿ ਹੇ ਨਾਨਕ, ਹੇ ਮੇਰੇ ਪਾਤਸ਼ਾਹ, ਮੈਨੂੰ ਤੂੰ ਇੰਨੀ ਵਡਿਆਈ ਬਖਸ਼ ਦੇ, ਇੰਨਾ ਹੀ ਮਾਣ ਬਖਸ਼ ਦੇ ਵੀ ਜਿਹੜੀਆਂ ਤੇਰੇ ਦਰ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਜਾਂਦੀਆਂ ਨੇ, ਮੈਂ ਉਹਨਾਂ ਦੇ ਚਰਨਾਂ ਵਿੱਚ ਘਾਹ ਵਾਲੀ ਸਫ ਬਣ ਕੇ ਵਿੱਚ ਜਾਵਾਂ, ਜਿੱਥੋਂ ਤੇਰੀਆਂ ਸੰਗਤਾਂ ਲੰਘਣ ਤੇ ਮੈਂ ਘਾਹ ਵਾਲੀ ਸਫ ਬਣ ਕੇ ਤੇਰੀਆਂ ਸੰਗਤਾਂ ਦੇ ਦਰਸ਼ਨ ਕਰ ਲਵਾਂ, ਤੇ ਉਹਨਾਂ ਸੰਗਤਾਂ ਵਿੱਚੋਂ ਮੈਨੂੰ ਤੇਰੇ ਦਰਸ਼ਨ ਹੋ ਜਾਣੇ ਨੇ। ਤੇ ਗੁਰੂ ਪਿਆਰਿਓ, ਐਸਾ ਉਹ ਗੁਰੂ ਦਾ ਪਿਆਰਾ। ਪਰ ਅੱਜ ਹਰ ਇੱਕ ਸਿੱਖ ਦੇ ਇਹ ਮਨ ਦੀ ਇੱਛਾ ਵੀ ਨਨਕਾਣਾ ਸਾਹਿਬ ਦੇ ਦਰਸ਼ਨ ਕੀਤੇ ਜਾਣ, ਕਿਉਂਕਿ ਗੁਰੂ ਪਿਆਰਿਓ, ਇੱਕ ਕਵੀ ਨੇ ਆਪਣੀ ਕਲਮ ਦੇ ਨਾਲ ਇਉਂ ਲਿਖਿਆ, ਉਹ ਲਿਖਦਾ ਵੀ ਕਾਹਦਾ ਵੰਡਿਆ ਪੰਜਾਬ, ਵੰਡੇ ਪਾਣੀਆਂ ਦੇ ਮੋਹ, ਉਹਨਾਂ ਸਮੇਂ ਦਿਆਂ ਹਾਕਮਾਂ ਨੂੰ ਕਿੱਥੋਂ ਮਿਲੂ ਢੋ, ਪਾ ਦੂਰੀਆਂ ਦਿਲਾਂ 'ਚ ਦੂਰ ਭੱਜ ਗਏ, ਹੱਦਾਂ ਉੱਤੇ ਪਹਿਰੇ ਲੱਗ ਗਏ। ਅਤੇ ਉਹ ਗੁਰੂ ਨਾਨਕ ਦਾ ਦਰ, ਉਹ ਮੇਰੇ ਪਾਤਸ਼ਾਹ ਦਾ ਪਵਿੱਤਰ ਦੁਆਰਾ, ਜਿੱਥੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਅਵਤਾਰ ਧਾਰਿਆ ਸੀ, ਕਲਯੁਗ ਦੇ ਤਾਰਨ ਵਾਸਤੇ, ਜ਼ੁਲਮ ਦਾ ਨਾਸ਼ ਕਰਨ ਵਾਸਤੇ, ਜ਼ਾਲਮਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ। ਅਤੇ ਗੁਰੂ ਪਿਆਰਿਓ, ਉਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ, ਜਦੋਂ ਉਹਨਾਂ ਦਾ ਜਨਮ ਹੋਇਆ ਸੀ ਨਾ, ਮਹਿਤਾ ਕਾਲੂ ਜੀ ਦੇ ਘਰ। ਤੇ ਗੁਰੂ ਪਿਆਰਿਓ, ਉਦੋਂ ਚਾਰੇ ਪਾਸੇ ਕੂੜ ਦਾ ਹਨੇਰਾ ਸੀ, ਚਾਰੇ ਪਾਸੇ ਐਸਾ ਹਨੇਰਾ ਸੀ ਕਿ ਜੋ ਸੱਚ ਸੀ ਨਾ, ਉਹ ਖੰਭ ਲਾ ਕੇ ਪਰ ਲਾ ਕੇ ਉੱਡ ਚੁੱਕਿਆ ਸੀ। ਤੇ ਗੁਰੂ ਪਿਆਰਿਓ, ਜਦੋਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜਨਮ ਹੋਇਆ, ਦਿਨ ਚੜ੍ਹਿਆ, ਤੇ ਗੁਰੂ ਨਾਨਕ ਦੇ ਪਿਤਾ ਮਹਿਤਾ ਕਾਲੂ ਜੀ, ਜਿਹੜਾ ਪਾਂਧਾ ਸੀ ਨਾ ਹਰਦਿਆਲ, ਉਹਦੇ ਘਰ ਗਏ, ਆਖਿਆ ਕਿ ਪਾਂਧਾ ਜੀ, ਸਾਡੇ ਘਰ ਬਾਲਕ ਨੇ ਜਨਮ ਲਿਆ, ਤੁਸੀਂ ਉਹਦੀ ਜਨਮ ਪੱਤਰੀ ਤਿਆਰ ਕਰੋ, ਉਹਦਾ ਨਾਮ ਰੱਖੋ। ਤੇ ਪੰਡਿਤ ਹਰਦਿਆਲ ਗੁਰੂ ਨਾਨਕ ਪਾਤਸ਼ਾਹ ਦੇ ਘਰ ਗਿਆ ਤੇ ਕਹਿੰਦਾ ਵੀ ਦਾਈ ਨੂੰ ਬੁਲਾਓ, ਦਾਈ ਨੂੰ ਪੁੱਛਿਆ
ਵੀ ਜਦੋਂ ਇਸ ਬਾਲਕ ਦਾ ਜਨਮ ਹੋਇਆ ਸੀ ਉਦੋਂ ਇਸ ਬਾਲਕ ਨੇ ਕਿਹੜੀ ਆਵਾਜ਼ ਮੂੰਹ ਵਿੱਚੋਂ ਕੱਢੀ ਸੀ। ਤੇ ਦੌਲਤਾਂ ਦਾਈ ਕਹਿੰਦੀ, ਪੰਡਿਤ ਜੀ, ਮੇਰੇ ਹੱਥਾਂ ਵਿੱਚ ਕਈ ਬਾਲਕਾਂ ਨੇ ਜਨਮ ਲਿਆ, ਪਰ ਇਸ ਤਰ੍ਹਾਂ ਦਾ ਬਾਲਕ ਮੈਂ ਅਜੇ ਤੱਕ ਹੋਰ ਕੋਈ ਨਹੀਂ ਵੇਖਿਆ। ਹੋਰ ਬਾਲਕ ਤਾਂ ਜਨਮ ਸਮੇਂ ਰੋਂਦੇ ਨੇ, ਪਰ ਇਹ ਹੱਸ ਰਿਹਾ ਸੀ। ਘਰ ਵਿੱਚ ਇਉਂ ਲੱਗ ਰਿਹਾ ਸੀ ਵੀ ਜਿਵੇਂ ਸਾਰੇ ਚਾਨਣਾ ਹੀ ਚਾਨਣਾ ਹੋ ਗਿਆ ਹੋਵੇ। ਦੌਲਤਾਂ ਦਾਈ ਦੀਆਂ ਗੱਲਾਂ ਸੁਣੀਆਂ ਤੇ ਪੰਡਿਤ ਹਰਦਿਆਲ ਨੇ ਅਨੁਭਵ ਕੀਤਾ ਵੀ ਇਹ ਕੋਈ ਆਮ ਬਾਲਕ ਨਹੀਂ, ਇਹ ਕੋਈ ਅਵਤਾਰ ਪੈਦਾ ਹੋਇਆ, ਦਰਸ਼ਨ ਕਰਨੇ ਚਾਹੀਦੇ ਨੇ। ਉਹਨੇ ਮਹਿਤਾ ਕਾਲੂ ਜੀ ਨੂੰ ਆਖਿਆ ਕਿ ਕਾਲੂ ਜੀ, ਇਹ ਬਾਲਕ ਜਾਂ ਤਾਂ ਕੋਈ ਚੱਕਰਵਰਤੀ ਰਾਜਾ ਬਣੇਗਾ ਜਾਂ ਕੋਈ ਹੋਰ ਵੱਡਾ ਮਹਾਂਪੁਰਸ਼ ਜਿਸ ਦੇ ਸਿਰ ਉੱਤੇ ਛਤਰ ਝੁਲੇਗਾ। ਪੰਡਿਤ ਜੀ ਦੀ ਇਹ ਗੱਲ ਸੁਣੀ ਕਾਲੂ ਜੀ ਨੇ ਦੌਲਤਾਂ ਦਾਈ ਨੂੰ ਆਖਿਆ ਕਿ ਬਾਲਕ ਨੂੰ ਬਾਹਰ ਲੈ ਆਓ, ਪੰਡਿਤ ਜੀ ਵੇਖਣਾ ਚਾਹੁੰਦੇ ਨੇ। ਜਦੋਂ ਬਾਹਰ ਲਿਆਂਦਾ ਤਾਂ ਪੰਡਿਤ ਹਰਦਿਆਲ ਜੀ ਨੇ ਬਾਲਕ ਦੇ ਸ਼ੁਭ ਲੱਛਣ ਵਿਚਾਰ ਕੇ ਅੱਗੋਂ ਉੱਠ ਕੇ ਸਤਿਕਾਰ ਤੇ ਨਮਸਕਾਰ ਕਰਕੇ ਉਸਦੇ ਚਿਹਨ ਚੱਕਰ ਤੇ ਰੇਖਾ ਵੇਖੀਆਂ, ਵੇਖ ਕੇ ਆਖਿਆ ਕਿ ਮਹਿਤਾ ਜੀ, ਇਹ ਤੁਹਾਡਾ ਪੁੱਤਰ ਬੜੇ ਭਾਗਾਂ ਵਾਲਾ, ਸਾਰੇ ਲੱਛਣ ਸ਼ੁਭ ਪ੍ਰਤੀਤ ਹੁੰਦੇ ਨੇ ਤੇ ਇਸ ਦਾ ਨਾਮ ਹੈ, ਚੰਗੀ ਤਰ੍ਹਾਂ ਸੋਚ ਕੇ ਜੋਤਿਸ਼ ਅਨੁਸਾਰ 13ਵੇਂ ਦਿਨ ਰੱਖਾਂਗਾ। ਜਦੋਂ 13 ਦਿਨ ਲੰਘੇ ਤਾਂ ਪੰਡਿਤ ਹਰਦਿਆਲ ਜੀ ਨੇ ਕਾਲੂ ਜੀ ਨੂੰ ਦੱਸਿਆ ਕਿ ਮਹਿਤਾ ਜੀ, ਇਸ ਬਾਲਕ ਦਾ ਨਾਮ ਨਾਨਕ ਨਿਕਲਿਆ ਹੈ। ਜਦ ਹਰਦਿਆਲ ਨੇ ਇਹ ਨਾਮ ਦੱਸਿਆ ਤਾਂ ਮਹਿਤਾ ਜੀ ਕਹਿੰਦੇ ਕਿ ਪੰਡਿਤ ਜੀ, ਤੁਹਾਨੂੰ ਬਾਲਕ ਦਾ ਇਹ ਨਾਮ ਨਹੀਂ ਸੀ ਰੱਖਣਾ ਚਾਹੀਦਾ, ਇਹ ਨਾਮ ਹਿੰਦੂ ਮੁਸਲਮਾਨਾਂ ਦਾ ਰਲਵਾਂ ਮਿਲਵਾਂ, ਕੋਈ ਹੋਰ ਨਾਮ ਰੱਖੋ। ਤਾਂ ਗੁਰੂ ਪਿਆਰਿਓ ਪੰਡਿਤ ਹਰਦਿਆਲ ਕਹਿੰਦਾ ਕਿ ਮਹਿਤਾ ਜੀ, ਇਹ ਤਾਂ ਐਸਾ ਬਾਲਕ ਹੈ, ਇਸ ਬਾਲਕ ਨੂੰ ਹਿੰਦੂ ਮੁਸਲਮਾਨ ਦੋਵੇਂ ਨਮਸਕਾਰਾਂ ਕਰਨਗੇ, ਜਿਹੜਾ ਇਹਦੇ ਚਰਨਾਂ ਨਾਲ ਜੁੜ ਜਾਏਗਾ ਉਹ ਭਵ ਸਾਗਰ ਤੋਂ ਪਾਰ ਤਰ ਜਾਏਗਾ, ਇਹ ਬੇਅੰਤ ਜੀਵਾਂ ਦਾ ਉਧਾਰ ਕਰੇਗਾ, ਸੰਸਾਰ ਵਿੱਚ ਪ੍ਰਗਟ ਹੋਵੇਗਾ। ਪੰਡਿਤ ਜੀ ਦੀਆਂ ਗੱਲਾਂ ਸੁਣੀਆਂ ਬੜੇ ਖੁਸ਼ ਹੋਏ ਮਹਿਤਾ ਕਾਲੂ। ਘਰੋਂ ਆਟਾ ਗੁੜ ਕੱਪੜਾ ਨਕਦ ਭੇਟਾ ਦੇ ਕੇ ਵਿਦਾ ਕੀਤਾ ਤੇ ਗੁਰੂ ਪਿਆਰਿਓ ਜਦੋਂ ਹੌਲੀ ਹੌਲੀ ਉਹ ਮੇਰੇ ਗੁਰੂ ਨਾਨਕ ਪਾਤਸ਼ਾਹ ਜਿੱਥੇ ਉਹਨਾਂ ਦਾ ਅਵਤਾਰ ਜਨਮ ਹੋਇਆ ਸੀ ਨਾ, ਜਿਸ ਧਰਤੀ ਦੀ ਧੂੜੀ ਨੂੰ ਉੱਥੋਂ ਦੀ ਮਿੱਟੀ ਨੂੰ ਹਰ ਇੱਕ ਸਿੱਖ ਲੋਚਦਾ ਵੀ ਮੈਂ ਲੈ ਕੇ ਮੱਥੇ 'ਤੇ ਲਾਵਾਂ। ਜਦੋਂ 5 ਸਾਲ ਦੇ ਹੋਏ, ਜਦੋਂ ਉਹ ਬੱਚਿਆਂ ਨਾਲ ਖੇਡਦੇ, ਹਰ ਇੱਕ ਇਸਤਰੀ ਪੁਰਸ਼ ਨੂੰ ਬੜੇ ਸੋਹਣੇ ਲੱਗਦੇ, ਹਰ ਇੱਕ ਦਾ ਮਨ ਕਰਨਾ ਵੀ ਮੈਂ ਨਾਨਕ ਜੀ ਨੂੰ ਚੁੱਕ ਲਵਾਂ ਗੋਦੀ। ਜਦੋਂ 5 ਸਾਲ ਦੇ ਹੋਏ
ਘਰ ਵਿੱਚੋਂ ਜਿਹੜੀ ਚੀਜ਼ ਬਾਹਰ ਖੇਡਣ ਵਾਸਤੇ ਲੈ ਜਾਂਦੇ ਨਾ ਗੁਰੂ ਪਿਆਰਿਓ, ਉਹ ਆਪਣੇ ਸਾਥੀਆਂ ਨੂੰ ਦੇ ਦਿੰਦੇ। ਕਈ ਵਾਰ ਰੋਟੀ ਕੱਪੜਾ ਪੈਸੇ ਲੈ ਜਾਣੇ, ਉਹ ਫਕੀਰਾਂ ਗਰੀਬਾਂ ਨੂੰ ਵੰਡ ਦੇਣੇ। ਅਤੇ ਇੱਕ ਦਿਨ ਮਹਿਤਾ ਕਾਲੂ ਜੀ ਨੇ ਪੰਡਿਤ ਹਰਦਿਆਲ ਨੂੰ ਆਖਿਆ ਕਿ ਤੁਸੀਂ ਚੰਗਾ ਬਾਦਸ਼ਾਹੀ ਛਤਰ ਇਸ ਦੇ ਸਿਰ 'ਤੇ ਝੁਲਾਇਆ, ਇਹ ਤਾਂ ਜਿਹੜੀਆਂ ਘਰ ਦੀਆਂ ਚੀਜ਼ਾਂ ਨੇ ਉਹ ਵੀ ਬਾਹਰ ਲੋਕਾਂ ਨੂੰ ਲੁਟਾ ਆਉਂਦਾ। ਤਾਂ ਗੁਰੂ ਪਿਆਰਿਓ, ਜਿਹੜੀ ਚੀਜ਼ ਘਰੋਂ ਲੈ ਜਾਂਦੇ ਉਹ ਗਰੀਬਾਂ ਨੂੰ ਦੇ ਆਉਂਦੇ। ਇੱਕ ਦਿਨ ਇੱਕ ਭਾਂਡਾ ਜਿਸ ਵਿੱਚ ਮਾਤਾ ਜੀ ਨੇ ਆਪ ਜੀ ਨੂੰ ਖਾਣ ਵਾਸਤੇ ਚੂਰੀ ਕੁਟਕੀ ਦਿੱਤੀ, ਇੱਕ ਗਰੀਬ ਨੂੰ ਬਾਹਰ ਦੇ ਆਏ। ਤਾਂ ਮਾਤਾ ਤ੍ਰਿਪਤਾ ਕਹਿੰਦੀ ਕਿ ਪੁੱਤਰ ਨਾਨਕ, ਉਹ ਚੂਰੀ ਵਾਲੀ ਕੌਲੀ ਕਿੱਥੇ ਹੈ? ਤੇ ਗੁਰੂ ਨਾਨਕ ਪਾਤਸ਼ਾਹ ਕੁਝ ਨਾ ਬੋਲੀ। ਮਾਤਾ ਤ੍ਰਿਪਤਾ ਜੀ ਨੇ ਹੱਥ ਵਿੱਚ ਸੋਟੀ ਫੜੀ, ਡਰਾਉਣ ਲੱਗੀ ਬਈ ਸੱਚ ਦੱਸ ਨਾਨਕ, ਨਹੀਂ ਤਾਂ ਮੈਂ ਤੈਨੂੰ ਇਸ ਸੋਟੀ ਨਾਲ ਬਹੁਤ ਮਾਰਾਂਗੀ। ਅੱਖਾਂ ਨੀਵੀਆਂ ਪਾ ਲਈਆਂ ਤੇ ਰੋਣ ਲੱਗ ਪਏ, ਅੱਥਰੂ ਕੇਰਨ ਲੱਗ ਪਏ। ਇਹਨੇ ਚਿਰ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਚਾਚਾ ਲਾਲੂ ਆ ਗਿਆ, ਮਾਤਾ ਜੀ ਤੋਂ ਛੁਡਵਾ ਦਿੱਤਾ। ਮਾਤਾ ਜੀ ਨੇ ਫਿਰ ਗੁੱਸੇ ਨਾਲ ਆਖਿਆ ਬਈ ਅੱਜ ਤਾਂ ਨਾਨਕ ਤੈਨੂੰ ਇਹਨਾਂ ਦੇ ਆਖੇ ਮੈਂ ਛੱਡ ਦੇਣੀ ਹੈ, ਜੇ ਤੂੰ ਫੇਰ ਕੋਈ ਇਸ ਤਰ੍ਹਾਂ ਦਾ ਕੰਮ ਕੀਤਾ ਫੇਰ ਨਹੀਂ ਮੈਂ ਤੈਨੂੰ ਛੱਡਣਾ। ਡਰਾ ਧਮਕਾ ਤਾਂ ਦਿੱਤਾ ਪਰ ਮਾਂ ਸੀ ਨਾ, ਮਾਤਾ ਤ੍ਰਿਪਤਾ ਦੇ ਮਨ ਅੰਦਰ ਮੋਹ ਆ ਗਿਆ। ਆਪਣੇ ਆਪ ਨੂੰ ਕਹਿੰਦੀ ਵੀ ਤ੍ਰਿਪਤਾ, ਤੂੰ ਕਿਉਂ ਆਪਣੇ ਬਾਲਕ ਨੂੰ, ਕਿਉਂ ਆਪਣੇ ਨਾਨਕ ਨੂੰ ਝਿੜਕਿਆ? ਇੱਕੋ ਤਾਂ ਤੇਰਾ ਪੁੱਤਰ ਹੈ, ਗੋਦੀ ਵਿੱਚ ਫੜ ਕੇ ਬਿਠਾ ਕੇ ਬਹੁਤ ਪਿਆਰ ਕੀਤਾ। ਤੇ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਪਾਤਸ਼ਾਹ ਦਾ ਮੂੰਹ ਪੂੰਝ ਰਹੇ ਨੇ, ਪਿਆਰ ਨਾਲ ਘੁੱਟ ਘੁੱਟ ਕੇ ਗਲ ਨਾਲ ਲਾ ਰਹੇ ਨੇ, ਪਛਤਾ ਰਹੇ ਨੇ ਵੀ ਮੈਂ ਆਪਣੇ ਇੱਕੋ ਇੱਕ ਪੁੱਤਰ ਨੂੰ ਕਿਉਂ ਝਿੜਕਿਆ, ਆਪੇ ਵੱਡਾ ਹੋ ਕੇ ਸਮਝ ਜਾਏਗਾ, ਬੱਚੇ ਹਾਨ ਲਾਭ ਦਾ ਇਹਨਾਂ ਨੂੰ ਕੋਈ ਪਤਾ ਨਹੀਂ, ਇਹ ਤਾਂ ਆਪਣੇ ਸੁਭਾਅ ਅਨੁਸਾਰ ਕੰਮ ਕਰਦੇ ਨੇ, ਇਹਦਾ ਕੀ ਦੋਸ਼ ਹੈ? ਜਦੋਂ ਪਿਆਰ ਕੀਤਾ ਤੇ ਗੁਰੂ ਨਾਨਕ ਗੋਦ ਵਿੱਚੋਂ ਉੱਠੇ, ਫਿਰ ਬੱਚਿਆਂ ਨਾਲ ਖੇਡਣ ਲੱਗ ਪਏ। ਤੇ ਮਹਿਤਾ ਕਾਲੂ ਜੀ ਨੇ ਇਸ ਤਰ੍ਹਾਂ ਦੀਆਂ ਗੱਲਾਂ ਵੇਖੀਆਂ, ਫਿਰ ਆਖਿਆ ਕਿ ਪੰਡਿਤ ਜੀ, ਤੁਸੀਂ ਚੰਗਾ ਜੋਤਿਸ਼ ਲਾਇਆ, ਤੁਹਾਡਾ ਤਾਂ ਆਖਿਆ ਹੋਇਆ ਕੁਝ ਵੀ ਸੱਚ ਨਹੀਂ ਹੋ ਰਿਹਾ, ਇਹਨੇ ਘਰ ਵਸਾਉਣਾ ਕੀ ਹੈ? ਇਹ ਤਾਂ ਘਰ ਉਜਾੜੂ ਪੈਦਾ ਹੋਇਆ, ਜਿਹੜੀ ਚੀਜ਼ ਘਰੋਂ ਲੈ ਜਾਂਦਾ ਬਾਹਰ ਜਾ ਕੇ ਗਵਾ ਆਉਂਦਾ, ਜੇ ਪੁੱਛੀਏ ਤਾਂ ਚੁੱਪ ਕਰ ਰਹਿੰਦਾ, ਦੱਸਦਾ ਤੇ ਬੋਲਦਾ ਕੁਝ ਨਹੀਂ। ਤੂੰ ਚੰਗੀ ਗਿਣਤੀ ਮਿਣਤੀ ਗਿਣ ਕੇ ਪੱਤਰੀ ਲਿਖੀ ਹੈ, ਮੈਨੂੰ ਇਉਂ ਲੱਗਦਾ ਵੀ ਤੂੰ ਮੈਨੂੰ ਖੁਸ਼ ਕਰਨ ਵਾਸਤੇ ਇਹ ਸਾਰਾ ਝੂਠ ਮੂਠ ਬੋਲਿਆ। ਉਲਾਭਾ ਸੁਣਿਆ ਪੰਡਿਤ ਹਰਦਿਆਲ ਕਹਿੰਦਾ ਕਿ ਮਹਿਤਾ ਜੀ, ਜਿਹੜਾ ਮੈਂ ਪਹਿਲਾ ਲੱਛਣ ਇਸ ਤੁਹਾਡੇ ਬਾਲਕ ਵਿੱਚ ਨਾਨਕ ਵਿੱਚ ਵੇਖਿਆ,
ਉਹ ਮੈਂ ਤੁਹਾਨੂੰ ਤਾਂ ਨਹੀਂ ਦੱਸਿਆ ਕਿ ਕਿਤੇ ਤੁਹਾਡੇ ਮਨ ਦੀ ਖੁਸ਼ੀ ਨਾ ਮਾਰੀ ਜਾਵੇ। ਉਹ ਇਹ ਹੈ ਕਿ ਜਿੰਨੇ ਵੀ ਇਸ ਦੇ ਸੰਬੰਧੀ ਹੋਣਗੇ, ਰਿਸ਼ਤੇਦਾਰ ਹੋਣਗੇ, ਉਹ ਇਸ ਦੀ ਮਹਿਮਾ ਨੂੰ, ਵਡਿਆਈ ਨੂੰ ਜਾਣ ਨਹੀਂ ਸਕਣਗੇ। ਹੋਰ ਲੋਕ ਇਸ ਦਾ ਲਾਭ ਉਠਾਉਣਗੇ। ਜਦੋਂ ਇਹ ਬਾਲਕ ਜਵਾਨ ਹੋਵੇਗਾ ਨਾ, ਇਹਦਾ ਤੇਜ ਪ੍ਰਤਾਪ ਵਧੇਗਾ, ਇਸ ਨੂੰ ਸਾਰੇ ਪੀਰ ਫਕੀਰ ਮੰਨਣਗੇ। ਉਹ ਪੁਰਸ਼ ਧੰਤਾ ਦੇ ਯੋਗ ਹੋਣਗੇ ਜਿਹੜੇ ਇਸ ਨੂੰ ਮਨ ਕਰਕੇ ਮੰਨਣਗੇ। ਮਹਿਤਾ ਜੀ, ਤੁਸੀਂ ਧਨ ਦੀ ਪ੍ਰੀਤੀ ਨਾ ਕਰੋ, ਇਹ ਝੂਠੀ ਹੈ। ਤੇ ਗੁਰੂ ਪਿਆਰਿਓ, ਮਹਿਤਾ ਕਾਲੂ ਜੀ ਵਾਪਸ ਆ ਗਏ। ਉਹ ਗੁਰੂ ਨਾਨਕ, ਗੁਰੂ ਪਿਆਰਿਓ, ਐਸੇ ਮੇਰੇ ਨਾਨਕ ਜਿਨ੍ਹਾਂ ਦੀ ਪਵਿੱਤਰ ਜਨਮ ਭੂਮੀ ਨੂੰ, ਜਨਮ ਅਸਥਾਨ ਨੂੰ ਨਮਸਕਾਰ ਕਰਨ ਵਾਸਤੇ ਹਰ ਇੱਕ ਸਿੱਖ ਦਾ ਦਿਲ ਤੜਫਦਾ ਰਹਿੰਦਾ ਹੈ। ਅਤੇ ਅੱਜ ਉਹ ਨਨਕਾਣਾ ਸਾਹਿਬ ਸਿੱਖ ਤੋਂ ਦੂਰ ਹੋਇਆ ਪਿਆ। ਤਾਂਹੀਓ ਤਾਂ ਹਰ ਇੱਕ ਸਿੱਖ ਅਰਦਾਸ ਵਿੱਚ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੀ ਮੰਗ ਕਰਦਾ। ਇੱਕ ਕਵੀ ਨੇ ਆਪਣੀ ਕਲਮ ਨਾਲ ਇਉਂ ਲਿਖਿਆ, ਉਹ ਕਹਿੰਦਾ ਵੀ ਜਿਹੜਾ ਗੁਰੂ ਦਾ ਪੱਕਾ ਸੇਵਕ ਹੈ ਨਾ, ਉਹਦੇ ਮਨ ਦੀ ਅਵਸਥਾ ਕੀ ਹੁੰਦੀ ਹੈ। ਉਹ ਆਖਦਾ ਵੀ ਗੁਰੂ ਨਾਲੋਂ ਸਿੱਖ ਨੂੰ ਜੇ ਵੱਖ ਕਰੀਏ, ਹੁੰਦਾ ਦਰਦ ਕਾਲਜੇ ਨੂੰ ਖੋ ਪੈਂਦੀ। ਗੁਰੂ ਨਾਲੋਂ ਜੇ ਸਿੱਖ ਨੂੰ ਵੱਖ ਕਰੀਏ, ਹੁੰਦਾ ਦਰਦ ਕਾਲਜੇ ਨੂੰ ਖੋ ਪੈਂਦੀ। ਇੱਦਾਂ ਹੀ ਗੁਰਾਂ ਦੇ ਵਿਛੜਨ 'ਤੇ ਦਿਲ ਦੁਖੀ ਹੁੰਦਾ ਅਤੇ ਅੱਖ ਰੋ ਪੈਂਦੀ। ਐਸੇ ਸਿੱਖ ਦੇ ਮਨ ਦੀ ਅਵਸਥਾ ਕਵੀ ਨੇ ਲਿਖੀ ਹੈ। ਅਤੇ ਗੁਰੂ ਪਿਆਰਿਓ, ਅੱਜ ਹਰ ਇੱਕ ਸਿੱਖ ਗੁਰੂ ਨਾਨਕ ਦੇ ਦਰਸ਼ਨਾਂ ਨੂੰ, ਉਹਨਾਂ ਦੇ ਪਵਿੱਤਰ ਜਨਮ ਅਸਥਾਨ ਦੀ ਧੂੜੀ ਨੂੰ ਲੋਚਦਾ, ਦਰਸ਼ਨ ਕਰਨੇ ਮੰਗਦਾ। ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ। ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ। ਫਕੀਰ ਹੋ ਜਾਵਾ ਜਿੰਦ ਮੇਰੀ ਇਹੋ ਲੋਚਦੀ ਲੋਚਦੀ। ਸਾਥੋਂ ਉੱਡਦੇ ਪੰਛੀ ਨੇ ਹੈਗੇ ਚੰਗੇ, ਸਾਥੋਂ ਉੱਡਦੇ ਪੰਛੀ ਨੇ ਹੈਗੇ ਚੰਗੇ, ਦੀਦਾਰ ਪਾਉਂਦੇ ਰੱਜ ਰੱਜ ਕੇ। ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ। ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ। ਹੱਦਾਂ ਉੱਤੇ
ਸੱਚੇ ਗੁਰੂ ਪਿਆਰਿਓ, ਉਹ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜਿਨ੍ਹਾਂ ਦਾ ਜਨਮ ਅਸਥਾਨ ਪਾਕਿਸਤਾਨ ਦੇ ਵਿੱਚ ਰਹਿ ਗਿਆ ਨਾ, ਹਰ ਇੱਕ ਸਿੱਖ ਦੇ ਮਨ ਦੀ ਤੜਪ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦੀ, ਹਰ ਇੱਕ ਮਾਈ ਭਾਈ ਦੇ ਮਨ ਦੀ ਮੰਗ ਉਹਦੇ ਦਰਸ਼ਨ ਕਰਨ ਦੀ। ਅਤੇ ਉਹ ਗੁਰੂ ਨਾਨਕ ਪਾਤਸ਼ਾਹ ਜਦੋਂ ਛੋਟੀ ਅਵਸਥਾ ਵਿੱਚ ਸਨ ਨਾ, ਤਾਂ ਗੁਰੂ ਪਿਆਰਿਓ ਇੱਕ ਦਿਨ ਮਾਤਾ ਤ੍ਰਿਪਤਾ ਜੀ ਨਾਨਕ ਨੂੰ ਨਾਲ ਲੈ ਕੇ ਆਪਣੇ ਸੁੰਦਰ ਪਲੰਘ ਉੱਤੇ ਸੁੱਤੇ ਪਏ ਸਨ, ਤਾਂ ਮਾਤਾ ਤ੍ਰਿਪਤਾ ਜੀ ਨੂੰ ਸਵਾ ਪਹਿਰ ਰਾਤ ਰਹਿੰਦੀ ਇੱਕ ਸੁਪਨਾ ਆਇਆ। ਮਾਤਾ ਜੀ ਨੇ ਵੇਖਿਆ ਬਈ ਬੜੇ ਦੇਵਤੇ ਇਕੱਠੇ ਹੋ ਕੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਆਏ ਨੇ, ਤੇ ਉਹ ਦੇਵਤੇ ਦਰਸ਼ਨ ਕਰਕੇ ਬੜੇ ਪ੍ਰਸੰਨ ਹੋ ਰਹੇ ਨੇ, ਤੇ ਨਾਨਕ ਜੀ ਉੱਤੇ ਫੁੱਲਾਂ ਦੀ ਵਰਖਾ ਕਰ ਰਹੇ ਨੇ, ਤੇ ਗੁਰੂ ਨਾਨਕ ਇੱਕ ਸੁੰਦਰ ਹੀਰੇ ਮਾਣਕ ਉੱਚੇ ਸਿੰਘਾਸਨ ਉੱਤੇ ਬਿਰਾਜਮਾਨ ਨੇ। ਉਹ ਸਿੰਘਾਸਨ ਜਿਹੜਾ ਹੀਰਿਆਂ ਨਾਲ ਜੜਿਆ ਹੋਇਆ ਸੀ, ਦੇਵਤੇ ਨਮਸਕਾਰਾਂ ਕਰ ਰਹੇ ਨੇ, ਉਸਤਤੀ ਕਰ ਰਹੇ ਨੇ, ਤੇ ਗੁਰੂ ਪਿਆਰਿਓ ਆਖ ਰਹੇ ਨੇ ਕਿ ਹੇ ਨਾਨਕ, ਤੁਸੀਂ ਪਾਪੀਆਂ ਦਾ, ਦੰਭੀਆਂ ਦਾ, ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਜਗਤ ਵਿੱਚ ਬੇਦੀ ਕੁਲ ਵਿੱਚ ਪ੍ਰਗਟ ਹੋਏ ਹੋ। ਤੇ ਗੁਰੂ ਪਿਆਰਿਓ ਨਮਸਕਾਰਾਂ ਕਰਕੇ ਚਲੇ ਗਏ। ਜਦੋਂ ਮਾਤਾ ਤ੍ਰਿਪਤਾ ਜੀ ਨੇ ਇਹ ਕੌਤਕ ਵੇਖਿਆ ਘਬਰਾ ਕੇ ਉੱਠੇ, ਤੇ ਗੁਰੂ ਨਾਨਕ ਪਾਤਸ਼ਾਹ ਦੇ ਸਰੀਰ ਤੇ ਸਿਰ ਤੇ ਹੱਥ ਫੇਰ ਕੇ ਵੇਖਣ ਲੱਗੇ ਕਿ ਨਾਨਕ ਮੇਰੇ ਨਾਲ ਹੀ ਸੁੱਤਾ ਕਿ ਜਾਂ ਸੱਚਮੁੱਚ ਕਿਸੇ ਸੋਨੇ ਦੇ ਸਿੰਘਾਸਨ ਤੇ ਬੈਠਾ। ਮਾਤਾ ਜੀ ਨੂੰ ਗੁਰੂ ਨਾਨਕ ਦੇ ਅੰਗ ਅੰਗ ਵਿੱਚੋਂ ਚੰਦਨ ਅਤਰ ਦੀ ਸੁਗੰਧੀ ਆਉਣ ਲੱਗੀ। ਭਰਮ ਪੈ ਗਿਆ ਵੀ ਇਹ ਸੁਪਨਾ ਜੀ ਜਾਂ ਸੱਚਮੁੱਚ ਸੀ। ਦਿਨ ਚੜ ਗਏ ਤੇ ਗੁਰੂ ਪਿਆਰਿਓ ਭਰਮ ਦੂਰ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਮਾਤਾ, ਮਾਂ, ਮੈਨੂੰ ਭੁੱਖ ਬੜੀ ਲੱਗੀ ਹੈ, ਭੋਜਨ ਦਿਓ। ਪੁੱਤਰ ਦੀ ਇਹ ਭੁੱਖ ਸੁਣ ਕੇ ਤੇ ਗੁਰੂ ਪਿਆਰਿਓ ਪਿਆਰ ਨਾਲ ਦਹੀਂ ਨਾਲ ਰੋਟੀ ਲਿਆਂਦੀ, ਤੇ ਉਹ ਰਾਤ ਵਾਲੀ ਗੱਲ ਭੁੱਲ ਗਏ। ਰੋਟੀ ਖਾ ਕੇ ਬਾਲਕਾਂ ਨਾਲ ਖੇਡਣ ਤੁਰ ਪਏ। ਤੇ ਗੁਰੂ ਪਿਆਰਿਓ ਜਦੋਂ ਗੁਰੂ ਨਾਨਕ ਪਾਤਸ਼ਾਹ ਦੌੜਦੇ ਭੱਜਦੇ ਆਪ ਜੀ ਦੇ ਪੈਰਾਂ ਦੀਆਂ ਘੁੰਗਰੀਆਂ, ਲੱਕ ਦੀ ਤੜਾਗੀ ਦੇ ਬੋਰ ਛਨ ਛਨ ਕਰਕੇ ਬੜੀ ਸ਼ੋਭਾ ਦਿੰਦੇ। ਜਦੋਂ ਪਾਤਸ਼ਾਹ ਖੇਡ ਕੇ ਘਰ ਆਉਂਦੇ, ਦੂਜੇ ਬਾਲਕ ਵੀ ਆ ਜਾਂਦੇ, ਤੇ ਗੁਰੂ ਪਿਆਰਿਓ ਮਾਤਾ ਜੀ ਵੇਖ ਕੇ ਬੜੇ ਪ੍ਰਸੰਨ ਹੁੰਦੇ। ਉਹ ਗੁਰੂ ਨਾਨਕ ਜਿਨ੍ਹਾਂ ਦੇ ਦਰਸ਼ਨਾਂ ਨੂੰ ਹਰ ਕੋਈ ਲੋਚਦਾ, ਉਹਨਾਂ ਦੀ ਪਵਿੱਤਰ ਜਨਮ ਭੂਮੀ ਨੂੰ, ਜਨਮ ਅਸਥਾਨ ਦੇ ਦਰਸ਼ਨ ਕਰਨੇ ਚਾਹੁੰਦਾ ਹੈ।
ਪਰ ਅੱਜ ਐਸੇ ਹੱਦਾਂ ਉੱਤੇ, ਅੱਜ ਐਸੇ ਬਾਰਡਰ ਉੱਤੇ ਪਹਿਰੇ ਲੱਗੇ ਨੇ, ਹਰ ਇੱਕ ਗੁਰੂ ਦਾ ਪਿਆਰਾ ਦਰਸ਼ਨ ਨਹੀਂ ਕਰ ਸਕਦਾ। ਤੇ ਗੁਰੂ ਪਿਆਰਿਓ, ਉਹ ਗੁਰੂ ਨਾਨਕ ਇੱਕ ਦਿਨ ਬੱਚਿਆਂ ਨਾਲ ਇੱਕ ਕਿਤਾਬ ਪੜ੍ਹ ਰਹੇ ਸਨ, ਵੈਸੇ ਹੀ ਕਾਗਜ਼ਾਂ ਦੀ। ਤੇ ਮਹਿਤਾ ਕਾਲੂ ਜੀ ਕਹਿੰਦੇ ਵੀ ਨਾਨਕ ਇਹ ਕੀ ਕਰਦਾ? ਕਹਿੰਦਾ ਮੈਂ ਬੱਚਿਆਂ ਨੂੰ ਗੀਤਾ ਦੇ ਅਰਥ ਸੁਣਾ ਰਿਹਾ। ਮਹਿਤਾ ਕਾਲੂ ਜੀ ਕਹਿੰਦੇ ਮੈਨੂੰ ਵੀ ਸੁਣਾ। ਤੇ ਗੁਰੂ ਪਿਆਰਿਓ, ਮਹਿਤਾ ਕਾਲੂ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ 5 ਸਾਲ ਦੀ ਉਮਰ ਗੀਤਾ ਪੜ੍ਹ ਕੇ ਉਹਦੇ ਅਰਥ ਸੁਣਾਏ। ਤੇ ਮਹਿਤਾ ਕਾਲੂ ਜੀ ਬੜੇ ਖੁਸ਼ ਹੋਏ। ਸਾਰਿਆਂ ਧਰਮਾਂ ਦਾ ਸਤਿਕਾਰ ਕਰਨ ਵਾਲੇ ਉਹ ਨਾਨਕ, ਜਿਨ੍ਹਾਂ ਦੀ ਜਨਮ ਭੂਮੀ ਨੂੰ ਹਰ ਕੋਈ ਲੋਚਦਾ। ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ, ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ, ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ, ਲੱਗ ਗਏ ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ, ਦਿਲ ਕਰੇ ਨਨਕਾਣੇ ਮੇਰਾ ਜਾਣ ਨੂੰ, ਹੱਦਾਂ ਉੱਤੇ ਪੈਰੇ ਲੱਗ ਗਏ ਲੱਗ ਗਏ।